वॉचिंग NC7 न्यूज हर खबर ते नजर। सब्सक्राइब करो NC7 न्यूज नू ते लेटेस्ट अपडेट पाउन लई प्रेस करो बेल आइकन। ਪੰਜਾਬ ਸਰਕਾਰ ਜਿੱਥੇ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਸਖਤੀ ਵਰਤਣ ਦੀ ਗੱਲ ਆਖਰੀ ਹੈ, ਉੱਥੇ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹਰ ਹਾਲ ਵਿੱਚ ਪਰਾਲੀ ਸਾੜਨਗੇ। ਜੇਕਰ ਕੋਈ ਅਧਿਕਾਰੀ ਰੋਕਣ ਆਇਆ ਤਾਂ ਉਸਨੂੰ ਬੰਧਕ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਕਿਸਾਨਾਂ ਵੱਲੋਂ ਮਤਾ ਵੀ ਪਾਸ ਕੀਤਾ ਗਿਆ। ਭਵਾਨੀਗੜ੍ਹ ਸਬ ਡਿਵੀਜ਼ਨ ਦੇ ਪਿੰਡ ਕਰਾਚੋਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਇਸ ਸਬੰਧੀ ਮੀਟਿੰਗ ਕੀਤੀ, ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਕਿਸਾਨਾਂ ਉੱਤੇ ਸਖਤੀ ਵਰਤ ਰਹੀ ਹੈ ਪਰ ਪਰਾਲੀ ਦਾ ਕੋਈ ਢੁਕਵਾਂ ਹੱਲ ਕਰਨ ਤੋਂ ਟਾਲਾ ਵੀ ਵੱਟ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਪ੍ਰਦੂਸ਼ਣ ਦੇ ਨਾਮ ਉੱਥੇ ਕਿਸਾਨਾਂ ਉੱਤੇ ਸਖਤੀ ਵਰਤ ਰਹੀ ਹੈ ਅਤੇ ਦੂਜੇ ਪਾਸੇ ਦੁਸਹਿਰੇ ਵਾਲੇ ਦਿਨ ਰਾਵਣ ਨੂੰ ਸਾੜਨ ਮੌਕੇ ਮੰਤਰੀ ਖੁਦ ਮੌਕੇ ਉੱਤੇ ਮੌਜੂਦ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਜਿਹੜੀ ਪਰਾਲੀ ਦਾ ਮੁੜਮਾ ਪ੍ਰਬੰਧ ਨਹੀਂ ਕਰ ਸਕੀ ਸਰਕਾਰ, ਕਿਸਾਨਾਂ ਨੂੰ ਡਰਾ ਕੇ ਰੋਕਣਾ ਚਾਹੁੰਦੀ ਹੈ, ਉਹ ਅਸੀਂ ਅੱਜ ਐਲਾਨ ਕੀਤਾ ਕਿਸੇ ਕਿਸਾਨ ਨੂੰ ਡਰਨ ਦੀ ਲੋੜ ਨਹੀਂ, ਪਰਾਲੀ ਨੂੰ ਅੱਗ ਲਵਾਵਾਂਗੇ। ਇਹਦਾ ਮੁੜਮਾ ਪ੍ਰਬੰਧ ਨਹੀਂ ਦੇ ਸਕੀ ਸਰਕਾਰ ਸਾਨੂੰ, ਜਿੰਨਾ ਤੱਕ ਇਹਦਾ ਮੁੜਮਾ ਪ੍ਰਬੰਧ ਨਹੀਂ ਲੱਭਦਾ ਉਹਨਾਂ ਤੱਕ ਅੱਗ ਲਾਉਣ ਤੋਂ ਬਿਨਾਂ ਸਾਡੇ ਕੋਲ ਕੋਈ ਹਿੱਲਾ ਨਹੀਂ। ਅਸੀਂ ਅੱਗ ਲਾਵਾਂਗੇ। ਅਸੀਂ ਕਿਸਾਨਾਂ ਨੂੰ ਇਸ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਹਾਂ ਕਿਸੇ ਤੋਂ ਡਰਨ ਦੀ ਲੋੜ ਨਹੀਂ। ਜੇ ਕੋਈ ਅਧਿਕਾਰੀ ਪਿੰਡਾਂ ਦੇ ਵਿੱਚ ਆਉਂਦਾ, ਪੁਲਿਸ ਲੈ ਕੇ ਆਉਂਦਾ ਜਾਂ ਹੋਰ ਅਧਿਕਾਰੀ ਖੇਤੀਬਾੜੀ ਵਾਲੇ ਆਉਂਦੇ ਨੇ, ਉਹਦਾ ਪਰਮਾਨੈਂਟਲੀ ਘਿਰਾਓ ਕਰਾਂਗੇ, ਘੇਰਾਂਗੇ। ਉਹਨਾਂ ਤੱਕ ਨਹੀਂ ਜਾਣ ਦਿੰਦੇ ਜਿੰਨਾ ਤੱਕ ਉਹ ਮਾਫ਼ੀ ਨਹੀਂ ਮੰਗ ਲੈਂਦੇ। ਬੰਦੀ ਬਣਾਵਾਂਗੇ ਜੀ। ਪਰ ਪ੍ਰਸ਼ਾਸਨ ਵੀ ਇਸ ਵਕਤ ਸਖ਼ਤ ਹੈ ਕਿਉਂਕਿ ਪੋਲਿਊਸ਼ਨ ਦੇ ਮਾਮਲੇ। ਪ੍ਰਸ਼ਾਸਨ ਸਾਨੂੰ ਮੋਰਮਾ ਪ੍ਰਬੰਧ ਦੇਵੇ, ਆ ਕੇ ਦੱਸੇ ਸਾਡੇ ਨਾਲ ਬੈਠੇ। ਟਕਰਾਓ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਅਸੀਂ ਜਥੇਬੰਦੀ ਇਸ ਗੱਲ ਤੇ ਪੂਰ ਉਤਰੂਗੀ, ਜਿਹੜਾ ਜਥੇਬੰਦੀ ਨੇ ਐਲਾਨ ਕੀਤਾ ਅੱਜ, ਅਸੀਂ ਉਹਨਾਂ ਦਾ ਪੂਰਨ ਤਰੀਕੇ ਨਾਲ ਘਿਰਾਓ ਕਰਾਂਗੇ। ਸਾਨੂੰ ਮੁੜਮਾ ਹੱਲ ਸਰਕਾਰ ਦੇ ਨਹੀਂ ਸਕੀ, ਸਾਡੇ ਨਾਲ ਗੱਲਬਾਤ ਤਾਂ ਕਰਨ ਬਹਿ ਕੇ, ਜਿੰਨਾ ਤੱਕ ਕੋਈ ਆਰ ਪਾਰ ਦੀ ਲੜਾਈ ਲੜਾਂਗੇ। ਐਲਾਨ ਹੈ ਆਰ ਪਾਰ ਦੀ ਲੜਾਈ ਦਾ, ਝੋਨੇ ਦੀ ਅੱਗ ਲਾਉਣ ਤੋਂ ਰੋਕਿਆ, ਜੇ ਉਹ ਪਰਾਲੀ ਸਾਨੂੰ ਫੂਕਣ ਤੋਂ ਰੋਕੂਗੀ। ਅੱਜ ਅਸੀਂ ਪਿੰਡ ਘਰਾਚੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੀ ਮੀਟਿੰਗ ਰੱਖ ਕੇ ਇੱਕ ਮਤਾ ਪਾਸ ਕੀਤਾ ਝੋਨੇ ਦੀ ਪਰਾਲੀ ਨੂੰ ਦੇ ਸੰਬੰਧ ਵਿੱਚ, ਜੋ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਹੋਰ ਕੋਈ ਇਹਦਾ ਹੱਲ ਨਹੀਂ ਹੈਗਾ। ਤਾਂ ਕਰਕੇ ਅੱਜ ਅਸੀਂ ਸਾਰੇ ਜ਼ਿੰਮੀਦਾਰ ਭਰਾਵਾਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਵੀ ਜੇ ਕੋਈ ਵੀ ਅਧਿਕਾਰੀ ਆਉਂਦਾ ਗਾ ਪਰਾਲੀ ਨੂੰ ਖੇਤਾਂ ਦੇ ਵਿੱਚੋਂ ਅੱਗ ਲਾਉਣ ਤੋਂ ਰੋਕਣ ਵਾਸਤੇ, ਉਹਨਾਂ ਨੂੰ ਉੱਥੇ ਪੂਰਨ ਤੌਰ 'ਤੇ ਘਿਰਾਓ ਕੀਤਾ ਜਾਵੇ। ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਏਕੇ ਨਾਲ ਚੱਲੋ। ਕਿਸੇ ਵੀ ਖੇਤ ਦੇ ਵਿੱਚ ਕੋਈ ਅਧਿਕਾਰੀ ਆਉਂਦਾ ਤਾਂ ਉਹਨਾਂ ਦਾ ਉੱਥੇ ਹੀ ਘਿਰਾਓ ਕੀਤਾ ਜਾਵੇ। ਅੱਜ ਅਸੀਂ ਇਸ ਮਤੇ ਦੇ ਵਿੱਚ ਇਹੀ ਐਲਾਨ ਕਰਦੇ ਹਾਂ ਵੀ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਹੋਰ ਕੋਈ ਵੀ ਹੱਲ ਨਹੀਂ ਹੈਗਾ। ਜੋ ਸਰਕਾਰ ਵਾਅਦੇ ਕਰਦੀ ਹੈ ਵੀ ਅਸੀਂ ਹੈਪੀ ਸੀਡਰ ਲਿਆਂਦਾ ਜਾਂ ਕੁਝ ਹੋਰ ਲਿਆ, ਉਹ ਕੋਈ ਸਾਰੇ ਵਾਅਦੇ ਸਰਕਾਰ ਦੇ ਫੋਕੇ ਨਿਕਲੇ ਨੇ। ਇਸ ਵਾਰ ਵੀ ਅਸੀਂ ਕਿਸਾਨਾਂ ਨੂੰ ਇਹੀ ਮਤਾ ਪਾਸ ਕੀਤਾ ਗਾ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਿਵਾਏ ਹੋਰ ਕੋਈ ਹੱਲ ਨਹੀਂ ਬਣਦਾ ਜੀ। ਇਸ ਵਾਰ ਜੀ ਦੇਖੋ, ਪਹਿਲੀ ਗੱਲ ਤਾਂ ਜਿਹੜੀ ਸਰਕਾਰ ਨੇ ਇੱਕ ਕਿਸਾਨ ਨੂੰ ਹਊਆ ਬਣਾ ਰੱਖਿਆ ਵੀ ਪ੍ਰਦੂਸ਼ਣ ਕਰਦਾ, ਉਹ ਕਿਸਾਨ ਕਰਦਾ, ਧਰਤੀ ਦਾ ਪਾਣੀ ਨੀਚੇ ਵਗ ਗਿਆ ਉਹ ਕਿਸਾਨ ਨੇ ਕੀ ਭੇਜਤਾ। ਬਾਕੀ ਜਿਹੜੀ ਗੱਲ ਹੈ ਵੀ ਪ੍ਰਦੂਸ਼ਣ ਦੇ ਨਾਂ ਤੇ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਪਰਾਲੀ ਦਾ, ਪਰ ਸਰਕਾਰ ਨੇ ਅੱਜ ਤੱਕ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ। ਇਹ ਕਹਿੰਦੇ ਨੇ 350 ਕਰੋੜ ਰੁਪਈਆ ਪਰਾਲੀ ਦੇ ਢੁਕਵੇਂ ਪ੍ਰਬੰਧਾਂ ਵਾਸਤੇ ਜੋ ਸਬਸਿਡੀਆਂ ਦੇਵਾਂਗੇ, ਪਰ ਹੈਪੀ ਸੀਡਰ ਜੋ ਆਏ ਨੇ ਉਹ ਕੋਈ ਪਰਾਲੀ ਦਾ ਪੂਰਨ ਤੌਰ ਤੇ ਪ੍ਰਬੰਧ ਨਹੀਂ ਕਰ ਸਕਦੇ। ਤੁਸੀਂ ਅੱਜ ਮਤਾ ਕੀ ਪਾਸ ਕੀਤਾ? ਅੱਜ ਅਸੀਂ ਮਤਾ ਪਾਸ ਕੀਤਾ ਵੀ ਜਦੋਂ ਤੱਕ ਪਰਾਲੀ ਦੇ ਪ੍ਰਬੰਧਾਂ ਬਾਰੇ ਸਰਕਾਰ ਸਾਨੂੰ ਕੋਈ ਢੁਕਵਾਂ ਹੱਲ ਨਹੀਂ ਦਿੰਦੀ, ਅਸੀਂ ਝੋਨੇ ਨੂੰ ਅੱਗ ਲਾਉਣ ਵਾਸਤੇ ਮਜਬੂਰ ਹੋਵਾਂਗੇ। ਪ੍ਰਸ਼ਾਸਨ ਵੀ ਇਸ ਟਾਈਮ ਪੋਲਿਊਸ਼ਨ ਤੋਂ ਬਚਾਉਣ ਵਾਸਤੇ ਉਹਨਾਂ ਨੇ ਸਖਤੀ ਵਰਤੀ ਹੈ? ਪ੍ਰਸ਼ਾਸਨ ਨੇ ਸਖਤੀ ਵਾਲਾ 4 ਦਿਨ ਪਹਿਲਾਂ ਦੁਸਹਿਰੇ ਤੇ ਰਾਵਣ ਨੂੰ ਅੱਗ ਲਾਈ ਹੈ, ਉੱਥੇ ਪ੍ਰਸ਼ਾਸਨ ਆਪ ਜਾ ਕੇ ਪ੍ਰਦੂਸ਼ਣ ਕਰਾਉਂਦਾ ਰਿਹਾ। ਸਾਨੂੰ ਤਾਂ ਸਮਝ ਨਹੀਂ ਆਉਂਦੀ ਪ੍ਰਸ਼ਾਸਨ ਵੀ ਪ੍ਰਦੂਸ਼ਣ ਕਰਾਉਣ ਦੇ ਹੱਕ 'ਚ ਹੈ, ਹਟਾਉਣ ਦੇ ਹੱਕ 'ਚ ਹੈ, ਸਾਡੀ ਤਾਂ ਮਜਬੂਰੀ ਹੈ ਪਰਾਲੀ ਨੂੰ ਅੱਗ ਲਾਉਣਾ। ਉੱਥੇ ਰੋਕਣ ਵਾਸਤੇ ਵੀ ਆਉਣਗੇ? ਜੇ ਆਉਣਗੇ ਤਾਂ ਸਾਡੀ ਵੀ ਮਜਬੂਰੀ ਹੋਊਗੀ, ਅਸੀਂ ਵੀ ਕਿਸਾਨਾਂ ਨੂੰ ਪਿੰਡਾਂ 'ਚ ਲਾਮਬੰਦ ਕਰ ਰਹੇ ਹਾਂ ਤਾਂ ਉਹਨਾਂ ਦਾ ਪੂਰਨ ਤੌਰ 'ਤੇ ਅਸੀਂ ਘਿਰਾਓ ਕਰਾਂਗੇ। ਸਰਕਾਰ ਦੋਗਲੀ ਨੀਤੀ ਅਪਣਾ ਰਹੀ ਹੈ। ਕਿਸਾਨ ਆਗੂ ਮਨਜੀਤ ਸਿੰਘ ਫਿਰਕੀ ਨੇ ਕਿਹਾ ਕਿ ਉਹ ਸਰਕਾਰੀ ਦਾਅਵੇ ਅੱਗੇ ਨਹੀਂ ਝੁਕਣਗੇ। ਸਰਕਾਰ ਨੂੰ ਵਾਤਾਵਰਨ ਦੀ ਹੋਰਾ ਵੀ ਫਿਕਰ ਨਹੀਂ ਤਾਂ ਉਹ ਪਰਾਲੀ ਦਾ ਢੁਕਵਾਂ ਹੱਲ ਕਰੇ ਜਾਂ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਯੂ ਆਰ ਵਾਚਿੰਗ NC7 ਨਿਊਜ਼ ਹਰ ਖਬਰ ਤੇ ਨਜ਼ਰ।